ਪ੍ਰੇਮ ਸਬੰਧਾਂ ਦੇ ਚਲਦੇ 19 ਸਾਲ ਦੇ ਮੁੰਡੇ ਦਾ ਕਤਲ। ਕੁੜੀ ਦੇ ਪਰਿਵਾਰ ਵਾਲਿਆਂ ਨੇ ਲਈ ਮੁੰਡੇ ਦੀ ਜਾਨ। ਤਾਂ ਦੱਸ ਦਈਏ ਕਿ ਵੱਡੀ ਵਾਰਦਾਤ ਹੋਈ ਹੈ ਜਿੱਥੇ ਪ੍ਰੇਮ ਸਬੰਧਾਂ ਦੇ ਚਲਦੇ ਇੱਕ ਮੁੰਡੇ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਤੇ ਇਹ ਕਤਲ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤਾ ਗਿਆ। ਤਾਂ ਮਿਲੀ ਜਾਣਕਾਰੀ ਅਨੁਸਾਰ ਕੁੜੀ ਤੇ ਮੁੰਡਾ ਇੱਕ ਦੂਸਰੇ ਦੇ ਨਾਲ ਵਿਆਹ ਕਰਾਉਣਾ ਚਾਹੁੰਦੇ ਸੀ, ਪਰ ਲੜਕੀ ਦੇ ਪਰਿਵਾਰ ਵਾਲੇ ਇਸ ਗੱਲ ਨੂੰ ਲੈ ਕੇ ਰਾਜ਼ੀ ਨਹੀਂ ਸੀ। ਤਾਂ ਉਹਨਾਂ ਦੇ ਵੱਲੋਂ ਉਸ ਮੁੰਡੇ ਨੂੰ ਫੋਨ ਕਰਕੇ ਕਿਸੇ ਬਹਾਨੇ ਘਰ ਦੇ ਵਿੱਚ ਬੁਲਾਇਆ ਜਾਂਦਾ, ਜਿਸ ਤੋਂ ਬਾਅਦ ਉਸਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਉਸ ਨੌਜਵਾਨ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ 'ਚ ਦਾਖਲ ਕਰਵਾਇਆ ਜਾਂਦਾ ਹੈ, ਪਰ ਇਹ ਪਰਿਵਾਰ ਆਪਣਾ ਬਿਨਾਂ ਪਤਾ ਦਿੱਤੇ ਉੱਥੋਂ ਮੌਕੇ ਤੋਂ ਨਿਕਲ ਜਾਂਦਾ ਹੈ ਅਤੇ ਉੱਥੇ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਤਾਂ ਇਸ ਸੰਬੰਧੀ ਸੂਚਨਾ ਜਦ ਪੁਲਿਸ ਨੂੰ ਮਿਲਦੀ ਹੈ ਤਾਂ ਪੁਲਿਸ ਪਰਿਵਾਰ ਨੂੰ ਫੋਟੋਆਂ ਦਿਖਾ ਕੇ ਇਸ ਸੰਬੰਧੀ ਪੁਸ਼ਟੀ ਕਰਵਾਉਂਦੀ ਹੈ ਕਿ ਉਹਨਾਂ ਦੇ ਪੁੱਤ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦੱਸ ਦਈਏ ਕਿ ਪੁਲਿਸ ਨੇ ਇਸ ਸੰਬੰਧੀ ਕਾਰਵਾਈ ਕਰਦੇ ਹੋਏ ਲੜਕੀ ਸਮੇਤ ਪਰਿਵਾਰ ਦੇ 5 ਮੈਂਬਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਤਾਂ ਦੱਸ ਦਈਏ ਕਿ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ, ਜਿੱਥੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਪਰਿਵਾਰ 'ਤੇ ਇਲਜ਼ਾਮ ਲਗਾਏ ਨੇ ਕਿ ਕੁੜੀ ਮੁੰਡਾ ਦੋਨੇ ਵਿਆਹ ਕਰਨਾ ਚਾਹੁੰਦੇ ਸੀ, ਪਰ ਲੜਕੀ ਦੇ ਪਰਿਵਾਰ ਵਾਲੇ ਇਸ ਗੱਲ ਨੂੰ ਲੈ ਕੇ ਰਾਜ਼ੀ ਨਹੀਂ ਸੀ, ਜਿਸ ਤੋਂ ਬਾਅਦ ਉਹਨਾਂ ਨੇ ਘਰ ਦੇ ਵਿੱਚ ਬੁਲਾ ਕੇ ਉਸਦੀ ਕੁੱਟਮਾਰ ਕੀਤੀ ਅਤੇ ਜਿਸ ਕਾਰਨ ਉਸਦੀ ਮੌਤ ਹੋ ਗਈ। ਤਾਂ ਇਸ ਸੰਬੰਧੀ ਪੁਲਿਸ ਦੇ ਵੱਲੋਂ ਵੀ ਮਾਮਲਾ ਦਰਜ ਕਰ ਲਿਆ ਗਿਆ। ਤਾਂ ਪੁਲਿਸ ਨੂੰ ਜਦ ਸੂਚਨਾ ਮਿਲਦੀ ਹੈ ਤਾਂ ਪੁਲਿਸ ਦੇ ਵੱਲੋਂ ਮੌਕੇ 'ਤੇ ਜਾ ਕੇ ਇਸਦੀ ਤਫਤੀਸ਼ ਕੀਤੀ ਜਾਂਦੀ ਹੈ। ਤਾਂ ਪਤਾ ਲੱਗਦਾ ਹੈ ਕਿ ਲੜਕੀ ਦੇ ਪਰਿਵਾਰ ਵੱਲੋਂ ਹੀ ਉਸ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਸੀ ਅਤੇ ਇਹਨਾਂ ਦੇ ਵੱਲੋਂ ਹੀ ਉਸਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਤਾਂ ਪੁਲਿਸ ਦੇ ਵੱਲੋਂ ਲੜਕੀ ਸਮੇਤ 5 ਮੈਂਬਰਾਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਅਤੇ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਭਾਲ ਕੀਤੀ ਜਾ ਰਹੀ ਹੈ। तो क्या कह रहे थे कि शादी करनी है? वो कहते थे मैं करूंगा, चल कोई 4 आदमी बैठ के बात करेंगे तो वो कर देंगे। लड़के को बुला के ले गए, वो कहने दिए लड़के को रात को बुला के ले गए। हमारे घर से बच्चा चला गया कल 8 बजे, मेरे को तो कुछ बोला नहीं, घर आया पापा चले घूमने में, कितनी बात की। अच्छा, नहीं आपको क्या बोल के गया लड़का? मेरे को तो कुछ नहीं बोल के गया वो। अच्छा जी, किसको बोल के गया था? वो लड़का बुला के ले गया उसको। अच्छा, तो फिर क्या आगे? अभी आ रहा बस, मम्मी मैं रोटी आके खाऊंगा। लड़का मार दिया, मार दिया क्या पे मेरा मेरा लड़का थी मेरे को मारे राजन। कितनी उम्र कितनी थी? 19 साल का था वो। लड़की जबरदस्ती हमारे गले पड़ रही थी, उसकी बहन एक दिल्ली वाली है, वो जबरदस्ती उसको सारा पता था कि इसकी बहन का वो है, उसने जबरदस्ती हमारे गले में डाल के, हमने कहा भी हम 4 आदमी इकट्ठे करके बात करेंगे, हम भाई कर लेंगे, चल ये लड़की नहीं मान रही। लेकिन उसकी बहन, उसका भाई एक लड़की का, वो हाथ धो के पीछे पड़ा था इतने दिन से कि लड़का को मारूंगा मारूंगा, और कल उसका मौका लगा, उन बहन भाइयों ने मार दिया हमारे लड़के को। उसके भाई और उसकी बहन नहीं मान रहे थे। अच्छा,
ਉਹ ਲੜਕੀ ਖੁਦ ਜਿੱਦ ਕਰਕੇ ਬੈਠੀ ਸੀ ਕਿ ਮੈਂ ਸ਼ਾਦੀ ਕਰੂੰਗੀ। ਥੋੜੀ ਜਿਹੀ ਕੁੜੀ ਦਾ ਰੋਲਾ ਹੈ ਜੀ, ਤੇ ਜਿਹੜੀ ਕੁੜੀ ਹੈ ਨਾ ਜੀ ਉਹ ਕਹਿੰਦੀ ਮੈਂ ਜੀ ਇਹਦੇ ਨਾਲ ਸ਼ਾਦੀ ਕਰਵਾਉਣੀ ਹੈ, ਤੇ ਜਿਹੜੇ ਉਹਦੇ ਘਰ ਦੇ ਪਰਿਵਾਰ ਦੇ ਹੈਗੇ ਨੇ ਜੀ, ਉਹਦਾ ਤੇ ਵੱਡਾ ਭਰਾ ਤੇ ਉਹਦੀ ਭੈਣ, ਉਹ ਮੰਨਦੇ ਨੀ ਜੀ, ਤੇ ਇਸ ਕਰਕੇ ਜੀ ਕੱਲ ਉਹਨਾਂ ਨੂੰ ਬੁਲਾ ਕੇ ਲੈ ਗਏ ਨੇ ਘਰੋਂ ਜੀ। 8 ਵਜੇ ਦਾ ਟਾਈਮ ਸੀਗਾ ਤੇ ਉਸ ਤੋਂ ਬਾਅਦ ਸਾਰੀ ਰਾਤ ਅਸੀਂ ਲੱਭਿਆ ਨਹੀਂ ਲੱਭਿਆ ਸਾਨੂੰ ਜੀ। ਸਵੇਰੇ 11 ਵਜੇ PCR ਵਾਲੇ ਨੇ ਸਾਨੂੰ ਦੱਸਿਆ, ਫੋਟੋ ਦਿਖਾਈਆਂ ਤੇ ਬਈ ਤੁਹਾਡੇ ਮੁੰਡੇ ਨੂੰ ਮਾਰ ਦਿੱਤਾ ਤੇ ਡੈਡ ਬੋਡੀ ਜਿਹੜੀ ਹੈ ਉਹ ਫਰੀਦਕੋਟ ਰੈਫਰ ਕਰ ਦਿੱਤਾ। ਫੋਨ ਵਗੈਰਾ ਹੈਗਾ ਸੀਗਾ ਜੀ, ਮਗਰ ਉਹਨਾਂ ਨੇ ਫੋਨ ਪਤਾ ਨਹੀਂ ਖੋਲਿਆ ਜਾਂ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ, ਕਿਹਾ ਸਿਰਫ ਕੁਛ ਨਹੀਂ ਗਿਆ, ਬਸ ਮੈਂ ਇੰਨਾ ਕਹਿ ਕੇ ਗਿਆ ਸੀਗਾ, ਬਸ ਇਨਸਾਫ਼ ਚਾਹੀਦਾ ਜੀ। ਅੱਛਾ, ਅੰਦਰ ਕਰੋ, ਸਖ਼ਤ ਕਾਰਵਾਈ ਹੋਣੀ ਚਾਹੀਦੀ ਜੀ ਉਹਨਾਂ ਦੇ ਕੋਲ ਸਾਰਾ ਪ੍ਰੂਫ ਹੈਗਾ, ਫੋਟੋਆਂ ਦਿਖਾ ਭੇਜੀਆਂ ਉਹਨਾਂ ਨੇ ਸਾਨੂੰ ਜੀ, ਉਹਨੇ ਤਾਂ ਸਿਰਫ ਗਲੇ ਦੇ ਨਿਸ਼ਾਨ ਹੈਗੇ ਨੇ, ਉਹਨੂੰ ਤਾਂ ਦੇਖਣ ਨਾਲ ਪਤਾ ਲੱਗੂਗਾ ਜੀ ਕੀ। ਉਹਦੇ 'ਚ ਕੱਲ੍ਹ ਸਾਡੇ ਕੋਲ ਥਾਣਾ ਸਿਟੀ ਫਾਜ਼ਿਲਕਾ ਵਿਖੇ ਫਰੀਦਕੋਟ ਮੈਡੀਕਲ ਹੋਸਪਿਟਲ ਤੋਂ ਇਤਲਾਹ ਆਈ ਸੀ, ਉਹ ਇਤਲਾਹ ਦੇ ਅਸੀਂ ਵੈਰੀਫਾਈ ਕਰਕੇ ਉਹ ਲੜਕੇ ਦੇ ਜਿਹੜਾ ਮਰੇ ਉਹਦੇ ਵਾਰਸ ਸਾਡੇ ਕੋਲ ਸਿਟੀ ਥਾਣੇ ਫਾਜ਼ਿਲਕਾ ਆਏ ਸੀ, ਉਹਨਾਂ ਦਾ ਅਸੀਂ ਬਿਆਨ ਲਿਖ ਕੇ ਥਾਣਾ ਸਿਟੀ ਫਾਜ਼ਿਲਕਾ ਵਿਖੇ 302-148-149 IPC ਦਾ ਮੁਕੱਦਮਾ ਦਰਜ ਕੀਤਾ। ਉਹਦੇ ਵਿੱਚ ਇਹ ਹੈਗਾ ਜਿਹੜਾ ਮਰਨ ਵਾਲਾ ਜਿਹਨਾਂ ਮਾਰਿਆ ਉਹਨਾਂ ਦੀ ਲੜਕੀ ਨਾਲ ਨਜਾਇਜ਼ ਸੰਬੰਧ ਸੀ, ਇਸ ਰੰਜਿਸ਼ ਕਰਕੇ ਉਹਨਾਂ ਨੇ ਘਰ ਬੁਲਾ ਕੇ ਸੱਟਾਂ ਮਾਰ ਕੇ ਉਹਦੀ ਸੱਟਾਂ ਕਾਫੀ ਮਾਰੀਆਂ ਸੀ। ਉਸ ਤੋਂ ਬਾਅਦ ਇਹਨਾਂ ਨੇ ਜਦੋਂ ਸੱਟਾਂ ਮਾਰੀਆਂ ਕਾ ਉਹਨੂੰ ਪਤਾ ਲੱਗ ਜੇ ਮਰ ਜਾਵੇ, ਉਹਨੂੰ ਸਿਵਲ ਹਸਪਤਾਲ ਲੈ ਗਏ ਸੀ, ਉੱਥੇ ਜਾ ਕੇ ਦਾਖਲ ਕਰਾਤਾ, ਉੱਥੇ ਉਹਦਾ ਨਾ ਪੂਰਾ ਐਡਰੈਸ ਦੱਸਿਆ, ਨਾ ਹੀ ਆਪਦਾ ਨਾ ਪੂਰਾ ਐਡਰੈਸ ਦੱਸਿਆ ਸੀ। ਐਕਚੁਅਲੀ ਲੈ ਕੇ ਗਏ ਸੀ ਪਰ ਇਹਨਾਂ ਉੱਥੇ ਇੱਕ ਫੋਨ ਨੰਬਰ ਦਿੱਤਾ ਅਤੇ ਬਾਕੀ ਪੂਰਾ ਐਡਰੈਸ ਨਹੀਂ ਦਿੱਤਾ। ਉਸ ਫੋਨ ਨੰਬਰ ਤੋਂ ਅਸੀਂ ਜਦੋਂ ਨੰਬਰ ਕਢਾਇਆ, ਵੈਰੀਫਾਈ ਕੀਤਾ ਤਾਂ ਉਹਦੇ 'ਚ ਇਹਨਾਂ ਦਾ ਐਡਰੈਸ ਟਰੇਸ ਹੋ ਗਿਆ। ਬਾਕੀ ਜਦੋਂ ਉਹਦੀ ਉਹਨਾਂ ਉੱਥੋਂ ਫੋਟੋ ਸੈਂਡ ਕੀਤੀ ਆ ਸਿਵਲ ਹਸਪਤਾਲ, ਉੱਥੋਂ ਫਰੀਦਕੋਟ ਤੋਂ ਬੰਦਾ ਦਾਖਲ, ਉਹਦੀ ਫੋਟੋ ਸੀ, ਆਈਡੈਂਟੀਫਿਕੇਸ਼ਨ ਕਰਾਈ ਤਾਂ ਉਹਨਾਂ ਕਿਹਾ ਸਾਡਾ ਵਾਰਸਾ ਹੈਗਾ ਜਿਹਨਾਂ ਬੰਦਾ ਮਰਿਆ ਸੀ, ਉਹਨਾਂ ਕਿਹਾ ਸਾਡਾ ਬੰਦਾ ਹੈਗਾ। ਉਹਨਾਂ ਦੇ ਫਿਰ ਉਹ ਬਿਆਨ ਲਿਖ ਕੇ ਅਤੇ ਅਸੀਂ ਜੋ ਉਹਨਾਂ ਬਿਆਨ ਲਿਖਾਇਆ ਉਹ 5 ਜਣਿਆਂ ਦੇ 302 ਦਾ ਮੁਕੱਦਮਾ ਦਰਜ ਕੀਤਾ। ਸਰ ਕਿਵੇਂ ਇਹਨੂੰ ਘਰੋਂ ਕਿਵੇਂ ਲੈ ਸੱਦਿਆ ਗਿਆ, ਕਿਵੇਂ ਬੁਲਾਇਆ ਗਿਆ, ਕਿੱਥੋਂ ਦੀ ਦੋਸ਼ੀ ਫੜੇ ਜਾਣ, ਉਸ ਤੋਂ ਪਤਾ ਲੱਗੇਗਾ ਵੀ ਉਸ ਕਿਸ ਤਰੀਕੇ ਨਾਲ ਘਰੋਂ ਬੁਲਾਇਆ, ਜੋ ਮਤਲਬ ਮੁੱਢਲੇ ਤੌਰ 'ਤੇ ਪਤਾ ਲੱਗਾ ਮਤਲਬ ਵੀ ਇਹਨਾਂ ਨੂੰ ਘਰੇ ਬੁਲਾ ਕੇ ਅਤੇ ਘਰੇ ਬੁਲਾ ਕੇ ਸੱਟਾਂ ਮਾਰ ਕੇ ਅਤੇ ਉਹਨੂੰ ਮਾਰਿਆ। ਉਹਦੇ ਵਿੱਚ ਜੇ ਕੋਈ CC ਜੋ ਮਤਲਬ ਅਜੇ ਅਸੀਂ ਮਤਲਬ ਤਫਤੀਸ਼ ਸਾਡੀ ਪ੍ਰਾਪਤ ਹੁੰਦੀ, ਅਸੀਂ ਸ਼ੋਅ ਨਹੀਂ ਕਰ ਸਕਦੇ, ਉਹਦੇ ਵਿੱਚ ਉਹਨੂੰ ਦਾਖਲ ਕਰਾਉਂਦੇ ਦੀ CC ਫੁਟੇਜ ਮਿਲੀ ਹੈ, ਬਾਕੀ ਬੰਦੇ ਆਈਡੈਂਟੀਫਿਕੇਸ਼ਨ ਹੋ ਗਈ, ਬਾਏ ਨੇ ਪਰਚਾ ਦਰਜ ਹੈ। ਗ੍ਰਿਫਤਾਰੀ ਹੋਈ ਹੈ ਜੀ ਕਿਸੇ ਨਹੀਂ, ਅਜੇ ਕੋਈ ਗ੍ਰਿਫਤਾਰੀ ਕੋਈ ਨਹੀਂ, ਰੇਡ ਕੀਤੇ ਜਾ ਰਹੇ, ਜਲਦੀ ਗ੍ਰਿਫਤਾਰ ਕਰ ਲਾਂਗੇ ਅਸੀਂ। ਕਰੀਬ ਜੋ ਪਤਾ ਲੱਗਿਆ 5-6 ਮਹੀਨੇ ਤੋਂ ਰਿਲੇਸ਼ਨ ਸੀ, ਮਤਲਬ ਇਹਨਾਂ ਦੇ ਘਰੇ ਆਉਣ ਜਾਣ ਸੀ, ਮੈਂ ਥੋੜ੍ਹਾ ਜਿਹਾ ਇਹਨਾਂ ਦੇ ਆਪੇ 'ਚ ਪਰਿਵਾਰਕ ਨਿੱਜੀ ਰਿਸ਼ਤੇਦਾਰੀ ਵੀ ਹੈ ਦੋਨਾਂ ਦਿਰਾਂ ਦੀ। ਐਕਚੁਅਲੀ ਜਿਹੜੀ ਲੜਕੀ ਹੈ ਜਿਹਨਾਂ ਬੰਦਾ ਮਾਰਿਆ, ਉਹਨਾਂ ਦਾ ਪਰਿਵਾਰ ਦਾ ਵੀ ਕੋਈ ਇੰਨਾ ਚੰਗਾ ਰੈਪੂਟੇਸ਼ਨ ਨਹੀਂ ਹੈਗਾ, ਅਤੇ ਮਤਲਬ ਵੀ ਇਹਨਾਂ ਦੇ ਘਰੇ ਲੜਕਾ ਵੀ ਆਉਂਦਾ ਜਾਂਦਾ ਸੀ, ਇਸੇ ਰਜਿਸਟਰ ਰੱਖ ਕੇ ਮਤਲਬ ਵੀ ਇਹਨਾਂ ਮਾਰਿਆ। ਉਹਦਾ ਮੁੰਡਾ ਮਰਿਆ, ਉਹ ਕਰੀਬ 18 ਸਾਲ ਦੀ ਉਮਰ ਦਾ ਸੀ, ਲੇਬਰ ਦੇ ਕੰਮ ਕਰਦੇ ਸੀ। ਉਹਦਾ ਨਾਂ ਰਾਜਨ ਹੈਗਾ, ਉਹਦੇ ਪਿਤਾ ਦਾ ਨਾਂ ਹੈਗਾ ਰਜਿੰਦਰ ਸਿੰਘ ਹੈਗਾ।